ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ। ਆਪ ਜੀ ਦੇਖ ਰਹੇ ਹੋ ਅੰਬ ਦਾ ਰੁੱਖ ਆ ਜੋ ਕਿ ਗੁਠਲੀ ਤੋਂ ਉਗਾਇਆ ਗਿਆ ਸੀ ਅਤੇ ਆਪਾਂ ਹੇਠਾਂ ਵਾਲੀ ਧਰਤੀ 'ਤੇ ਹਾਲੇ ਤੱਕ ਪਾਣੀ ਦੀ ਵਰਤੋਂ ਨਹੀਂ ਕੀਤੀ ਅਤੇ ਪੂਰਾ ਵਿਕਾਸ ਹੋ ਰਿਹਾ, ਪੂਰੇ ਪੱਤੇ ਆ ਰਹੇ ਨੇ ਅਤੇ ਇਸ ਟਾਈਮ ਬਹੁਤ ਸੁੰਦਰ ਹੈ। ਇਹਨੂੰ ਬੂਰ ਵੀ ਸ਼ੁਰੂ ਹੋ ਗਿਆ ਇੱਕ ਦੋ ਟਾਹਣੀਆਂ ਨੂੰ ਅਤੇ ਨਾਲ ਆ ਆਪਣੇ ਆਹ ਰੁੱਖ ਆ ਜੀ ਇਹਦਾ ਅਨਾਰਾਂ ਦਾ, ਇਹਨੂੰ ਵੀ ਆਪਣੇ ਆਹ ਡੋਡੀਆਂ ਸ਼ੁਰੂ ਹੋ ਗਈਆਂ ਫੁੱਲਾਂ ਵਾਲੀਆਂ ਅਤੇ ਇਹ ਵੀ ਦੇਸੀ ਅਨਾਰ ਆ ਅਤੇ ਫੁੱਲ ਹੁਣ ਸ਼ੁਰੂ ਹੋਣਗੇ ਅਤੇ ਕਾਫੀ ਐ ਲੱਗਦਾ ਜਿਵੇਂ ਗੁਲਾਬੀ ਗੁਲਾਬੀ ਰੰਗ ਦੇ ਕੋਈ ਖਾਸ ਚੀਜ਼ ਲੱਗੀ ਹੋਵੇ ਅਤੇ ਫੁੱਲਾਂ ਨਾਲ ਭਰ ਚੁੱਕਿਆ ਅਤੇ ਪੱਤਿਆਂ ਦੀ ਚਮਕ ਜਦ ਧੁੱਪਾਂ ਵਾਲੀ ਸਾਈਡ ਤੋਂ ਤੁਸੀਂ ਦੇਖੋਗੇ ਤਾਂ ਪੱਤਿਆਂ ਦੀ ਚਮਕ ਇੱਕ ਵੱਖਰੀ ਉਹ ਹੈ। ਅਤੇ ਹੁਣ ਉਰੇ ਜਿਹੜੀ ਖਾਸ ਗੱਲ ਆਪ ਜੀ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ ਉਹ ਇਹ ਆ ਵੀ ਜਿਵੇਂ ਕਿ ਲੋਕ ਆਪਣੇ ਬਹੁਤ ਸਾਰੇ ਦੋਸਤ ਮਿੱਤਰ ਨੇ ਜਿਹੜੇ ਆਪਣੇ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੱਕ ਪੌਦਿਆਂ ਨੂੰ ਰੋਜ਼ ਪਾਣੀ ਦੇਣ ਲੱਗ ਜਾਂਦੇ ਨੇ ਵੀ ਗਰਮੀ ਬਹੁਤ ਵੱਧ ਗਈ ਪੌਦਿਆਂ ਨੂੰ ਪਾਣੀ ਦਿਓ, ਪਰ ਕੁਦਰਤੀ ਖੇਤੀ ਜਾਂ ਜੰਗਲਾਂ 'ਚ ਰੋਜ਼ ਨਹੀਂ ਪਾਣੀ ਦਿੱਤਾ ਜਾਂਦਾ, ਪਾਣੀ ਤਾਂ ਬਚਾਉਣਾ ਆਪਾਂ ਨੇ। ਸੋ ਇਹ ਧਰਤੀ ਮੈਂ ਤੁਹਾਨੂੰ ਦਿਖਾਉਂਦਾ ਇਸ ਟਾਈਮ ਥੋੜ੍ਹਾ ਜਿਹਾ ਕੈਮਰਾ ਥੱਲੇ ਕਿਹਾ ਦੇਖੋ, ਕੰਚ ਵਾਂਗ ਸਖਤ ਪਈ ਆ ਪਰ ਇਹਦੀ ਤਾਂ ਕੁਛ ਇੰਚ ਦੀ ਉਹ ਸਖਤ ਹੁੰਦੀ ਹੈ, ਬਾਕੀ ਇਹ ਨਰਮ ਹੁੰਦੀ ਆ ਅਤੇ ਪੱਤਿਆਂ ਦੀ ਚਮਕ ਤੋਂ ਇਹ ਲੱਗਦਾ ਵੀ ਉਹਨੂੰ ਪਾਣੀ ਦੀ ਕਮੀ ਨਹੀਂ, ਧਰਤੀ ਸੁੱਕੀ ਆ। ਇਹੀ ਕੁਦਰਤੀ ਖੇਤੀ ਆ ਜਿੱਦਣ ਧਰਤੀ ਪਾਣੀ ਮੰਗਣ 'ਤੇ ਹਟ ਗਈ। ਹਾਂ, ਜਿੱਥੇ ਨਵਾਂ ਕੰਮ ਸ਼ੁਰੂ ਹੋਇਆ ਕੁਦਰਤੀ ਖੇਤੀ ਦਾ ਉੱਥੇ ਆਪਾਂ ਮਲਚਿੰਗ ਕਰ ਸਕਦੇ ਹਾਂ, ਗੜਾਈ ਕਰ ਸਕਦੇ ਹਾਂ, ਉਸ ਵਿਧੀ ਨਾਲ ਪਾਣੀ ਪੌਦਾ ਘੱਟ ਮੰਗੂ। ਬਾਕੀ ਕੁਦਰਤ ਦਾ ਸਿਸਟਮ ਇੰਨਾ ਵਧੀਆ ਹੁੰਦਾ ਜਦੋਂ ਰਾਤ ਨੂੰ ਤਰੇਲ ਪੈਂਦੀ ਆ ਤਾਂ ਆਪਣੀ ਲੋੜ ਦਾ ਪਾਣੀ ਤਾਂ ਤਰੇਲ 'ਚੋਂ ਵੀ ਪ੍ਰਾਪਤ ਕਰ ਲੈਂਦੇ ਨੇ। ਸੋ ਇਸ ਤਰ੍ਹਾਂ ਕੁਦਰਤੀ ਖੇਤੀ ਵਿੱਚ ਖਰਚੇ ਘੱਟਦੇ ਨੇ, ਬਿਮਾਰੀਆਂ ਨਾਲ ਲੜਨ ਦੀ ਪੌਦੇ ਦੀ ਤਾਕਤ ਵੱਧਦੀ ਹੈ, ਕਿਉਂਕਿ ਜਦੋਂ ਪੌਦੇ ਨੂੰ ਪਾਣੀ ਨਹੀਂ ਮਿਲਣਾ ਤਾਂ ਪਾਣੀ ਦੀ ਖੋਜ 'ਚ ਦੂਰ ਤੱਕ ਆਪਣੀਆਂ ਜੜ੍ਹਾਂ ਲੈ ਜਾਂਦਾ ਅਤੇ ਜਦੋਂ ਜੜ੍ਹ ਦੂਰ ਜਾਊਗੀ ਤਾਂ ਉਹ ਆਪਣੇ ਖੁਰਾਕੀ ਤੱਤ ਵੀ ਦੂਰੋਂ ਲਿਆਊਗਾ। ਸੋ ਇਸ ਤਰ੍ਹਾਂ ਪੌਦੇ ਵੱਧਦੇ ਨੇ, ਬਿਮਾਰੀਆਂ ਤੋਂ ਬਚਦੇ ਨੇ ਅਤੇ ਜਦੋਂ ਪੌਦਾ ਦੂਰ ਤੱਕੋਂ ਖੁਰਾਕੀ ਤੱਤ ਲਿਆਉਂਦਾ ਤਾਂ ਉਹਦੇ ਵਿੱਚ ਖੁਰਾਕੀ ਨਿਊਟ੍ਰੀਸ਼ਨ ਜਿਹੜਾ ਫਲ ਤਿਆਰ ਹੁੰਦਾ ਉਹ 'ਚ ਵੀ ਪੂਰੇ ਹੁੰਦੇ ਨੇ ਅਤੇ ਵਾਰਸਾਂ ਦਾ ਪਾਣੀ ਪੌਦਾ ਸਟੋਰ ਕਰਨਾ ਸਿੱਖ ਜਾਂਦਾ ਅਤੇ ਕੁਦਰਤ ਦਾ ਨਿਯਮ ਜਦ ਕੁਦਰਤ ਦੇ ਨਾਲ ਚੱਲਦੇ ਹਾਂ ਤਾਂ ਉਹ ਬਹੁਤ ਕੁਝ ਸਿਖਾਉਂਦਾ ਅਤੇ ਸੁੱਕੀ ਧਰਤੀ ਵਿੱਚ ਵੀ ਪੌਦਿਆਂ ਦੇ ਪੂਰੇ ਟੂਸੇ ਨਿਕਲਦੇ, ਵਿਕਾਸ ਹੋ ਰਿਹਾ। ਸੋ ਇਹਦੇ ਬਾਰੇ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਜਿਹੜਾ ਆਪਾਂ ਰੋਜ਼ ਦੂਏ ਤੀਏ ਦਿਨ ਪੌਦਿਆਂ ਨੂੰ ਪਾਣੀ ਦੇਈ ਜਾਂਦੇ ਹਾਂ ਉਨੀ ਜ਼ਰੂਰਤ ਵੀ ਨਹੀਂ ਹੁੰਦੀ। ਮਲਚਿੰਗ ਕਰੋ ਜਾਂ ਗੜਾਈ ਕਰੋ। ਬਹੁਤ ਧੰਨਵਾਦ ਜੀ।